15 अगस्त को प्रदेश भर में केंद्र सरकार के खिलाफ विरोध प्रदर्शन। रविवार को किसान, मजदूर, छात्र, कर्मचारी समेत सभी वर्ग के संगठन की बैठक आयोजित हुई। इस बैठक में केंद्र सरकार द्वारा लाए गए 3 आपराधिक कानूनों पर चर्चा की गई है, क्योंकि देश में 15 अगस्त को स्वतंत्रता दिवस मनाने का नाटक किया जा रहा है, लेकिन केंद्र सरकार नई आर्थिक नीतियों को लागू करने के लिए 3 काले कानून लेकर आई है। सरकार के जन विरोधी फैसलों पर लोगों के विरोध को रोकने के लिए ये कानून लागू किए जा रहे हैं, जिसके तहत पुलिस को खुली शक्तियां दी जा रही हैं, जिसके चलते संगठनों का मानना है कि वे लोगों की आवाज़ को दबाने और लोगों को गुलाम बनाने की कोशिश कर रहे हैं। सरकार के खिलाफ आवाज़ उठाने वाले लेखकों और नेताओं के खिलाफ UAPA कानून के तहत मामला दर्ज किया जा रहा है, जिसके चलते सभी संगठनों ने फैसला लिया है कि 15 अगस्त को देश भर में जिला स्तर पर विरोध प्रदर्शन किया जाएगा। उन्होंने कहा कि एक तरफ 15 अगस्त को देश में स्वतंत्रता दिवस मनाया जाएगा, लेकिन दूसरी तरफ जन विरोधी कानून लागू कर लोगों को गुलामी के लिए मजबूर किया जा रहा है, जिससे विरोध करने पर यह पता चलेगा कि देश की सरकार साम्राज्यवादी सरकारों का अनुकरण कर लोगों को गुलाम बना रही है। हाँ जी, सुभागु बलिहार सिंह, ठेका मलंग संघर्ष मोर्चा पंजाब। देखो जी, जिहो जिहे केंद्र सरकार, जिहो किसी राज सरकार है, जिहो जिहो कानून लेके आ रही है, जिवें कि हुण नवें कानून लियांदे आ सरकार ने, काले कानून लियांदे आ, ਇਹਨਾਂ ਦੇ ਖਿਲਾਫ ਇੱਕ ਆਪਣੀ ਜਥੇਬੰਦੀਆਂ ਦੀ ਅੱਜ ਸਾਂਝੀ ਮੀਟਿੰਗ ਹੋਈ ਆ। ਇਸ ਦੇ ਵਿੱਚ ਫੈਸਲਾ ਕੀਤਾ ਵੀ ਅਸੀਂ ਜਿੱਥੇ ਆਪਣਾ ਜ਼ਿਲ੍ਹਾ ਲੈਵਲ 'ਤੇ ਜਿਹੜੇ ਪ੍ਰੋਗਰਾਮ ਆ ਉਹ ਅਸੀਂ ਕਰਾਂਗੇ, ਵੱਡੇ ਇਕੱਠ ਕਰਕੇ ਜਿਹੜੇ ਪ੍ਰੋਗਰਾਮ ਆ ਉਹ ਕਰਾਂਗੇ, ਕਿਉਂਕਿ ਸਰਕਾਰਾਂ ਦਾ ਜਿਹੜਾ ਨਿੱਜੀਕਰਨ ਦੀ ਨੀਤੀ ਆ, ਲਗਾਤਾਰ ਨਿੱਜੀਕਰਨ ਦਾ ਕੁਹਾੜਾ ਸਰਕਾਰ ਲਗਾਤਾਰ ਤੇਜ਼ ਕਰ ਰਹੀ ਆ। ਜਿਹੜੇ ਉਹਨਾਂ ਨੇ ਜਸ਼ਨ ਮਨਾਉਣੇ ਨੇ ਵੀ ਸਾਡਾ ਦੇਸ਼ ਆਜ਼ਾਦ ਆ, ਪਰ ਅੱਜ ਅਸੀਂ ਆਜ਼ਾਦ ਕਿੱਥੋਂ ਆ? ਅਸੀਂ ਤਾਂ ਗੁਲਾਮ ਆ। ਜੇ ਅੱਜ ਅਸੀਂ ਆਪਦੀ ਖੁਦ ਗੱਲ ਕਰਨੀ ਹੋਵੇ, ਅਸੀਂ ਠੇਕਾ ਮੁਲਾਜ਼ਮਾਂ ਵੱਲੋਂ, ਅਸੀਂ ਵੱਖ ਵੱਖ ਠੇਕੇਦਾਰਾਂ, ਕੰਪਨੀਆਂ ਦੇ ਗੁਲਾਮ ਆ, ਮਤਲਬ ਅਸੀਂ ਯਾਦ ਨਹੀਂ ਹੈ। ਅੱਜ ਜਦੋਂ ਕੋਈ ਲੋਕ ਲੜਦੇ ਆ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜਾਂਦਾ, ਆ ਕਾਲੇ ਕਾਨੂੰਨ ਬਣਾਏ ਗਏ ਆ ਇਹਨਾਂ ਦੇ ਖਿਲਾਫ਼। ਮਤਲਬ ਅਸੀਂ 15 ਅਗਸਤ ਨੂੰ ਵੱਡੇ ਪੱਧਰ 'ਤੇ ਜ਼ਿਲ੍ਹਾ ਲੈਵਲ 'ਤੇ ਇਕੱਠ ਕਰਾਂਗੇ, ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਸਾਰੇ ਇਕੱਠੇ ਹੋ ਕੇ ਮਤਲਬ ਜਿਹੜਾ ਸੰਘਰਸ਼ ਆ ਇਹਨੂੰ ਵੱਢਾਂਗੇ, ਤਿੱਖਾ ਕਰਾਂਗੇ। ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਸ਼ੁਰੂਆਤ ਜਿਹੜੀ ਆ ਇਹ ਹੋਈ ਆ, ਇਹ ਮਤਲਬ ਹਾਕਮ ਸਰਕਾਰਾਂ ਜਿਹੜੀਆਂ ਨੀਤੀਆਂ ਪੋਲਸੀਆਂ ਲਗਾਤਾਰ ਲੈ ਕੇ ਆਉਂਦੀਆਂ ਉਹਨਾਂ ਦੇ ਖਿਲਾਫ਼ ਮਤਲਬ ਆਵਾਜ਼ ਜਿਹੜੀ ਇਹ ਬੁਲੰਦ ਹੋਊਗੀ, ਅਤੇ ਲੋਕਾਂ ਦੀ ਸੰਘਰਸ਼ ਜਿਹੜਾ ਵੱਡੇ ਪੱਧਰ 'ਤੇ ਲੜਿਆ ਜਾਵੇਗਾ। ਅੱਜ ਦੀ ਮੀਟਿੰਗ ਅਸੀਂ ਤਰਕਸ਼ੀਲ ਭਵਨ ਬਰਨਾਲਾ ਦੇ ਵਿੱਚ ਤਬਕਿਆਂ ਦੀਆਂ ਮੀਟਿੰਗ ਰੱਖੀ ਹੈ, ਜਿਹਦੇ ਵਿੱਚ ਲਗਭਗ 2 ਦਰਜਨ ਜਥੇਬੰਦੀਆਂ ਸ਼ਾਮਿਲ ਹੋਈਆਂ ਨੇ, ਜਿਹਦੇ ਵਿੱਚ ਸਾਬਕਾ ਸੈਨਿਕ ਨੇ, ਅਧਿਆਪਕ ਨੇ, ਬਿਜਲੀ ਕਾਮੇ ਨੇ, ਠੇਕਾ ਮੁਲਾਜ਼ਮ ਨੇ, ਸੰਤੀ ਮਜ਼ਦੂਰ ਨੇ, ਖੇਤ ਮਜ਼ਦੂਰ ਨੇ, ਮਿਲਕ ਪਲਾਂਟ ਵਾਲੇ ਕਾਮੇ ਨੇ, ਯਾਨੀ ਅੱਡ ਅੱਡ ਕਿਸਮ ਦੀਆਂ ਜਥੇਬੰਦੀਆਂ ਜਿਹੜੀਆਂ ਨੇ। ਲਗਭਗ ਅਸੀਂ ਪਹਿਲਾਂ 2 ਐਕਸ਼ਨ ਬਰਨਾਲੇ 'ਚ ਕਰ ਚੁੱਕੇ ਹਾਂ, ਉਹ ਸਾਰੀਆਂ ਜਥੇਬੰਦੀਆਂ ਲਗਭਗ 2 ਦਰਜਨ ਦੇ ਨੇੜੇ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਹੋਈਆਂ ਨੇ। ਅਸੀਂ ਅੱਜ ਉੱਥੇ ਵਿਚਾਰੀ ਹੈ ਕਿ 15 ਅਗਸਤ ਵਾਲੇ ਦਿਨ ਸਾਡੇ ਦੇਸ਼ ਦੇ ਹਾਕਮ ਜਿਹੜਾ ਢੌਂਗ ਕਰ ਰਹੇ ਨੇ ਆਜ਼ਾਦੀ ਦਿਵਸ ਮਨਾਉਣ ਦਾ, ਉਸ ਮੌਕੇ ਅਸੀਂ ਇਹ ਗੱਲ ਲੈ ਕੇ ਜਾਣਾ ਚਾਹੁੰਦੇ ਹਾਂ ਵੀ ਉਹਦੇ ਪਿਛਲੇ ਦਿਨਾਂ ਵਿੱਚ 3 ਅਪਰਾਧਕ ਕਾਨੂੰਨ ਜਿਹੜੇ ਲਿਆਂਦੇ ਨੇ, ਜਿਹੜੇ ਇਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਕਚੂਮਰ ਕੱਢਣ ਜਾ ਰਹੇ ਨੇ, ਜਿਹੜੇ ਉਹਦੇ ਵਿਰੋਧ 'ਚ ਉੱਠੀ ਮੂਵਮੈਂਟ ਨੂੰ ਦਬਾਉਣ ਦੀ ਖਾਤਰ, ਉਹਨਾਂ ਲੋਕਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਖਾਤਰ ਪੁਲਿਸ ਨੂੰ ਦਿੱਤੇ ਹੋਏ ਅਧਿਕਾਰ ਨੇ ਜਿਹੜੇ ਕਾਨੂੰਨਾਂ ਤਹਿਤ, ਅਸੀਂ ਇਹ ਸਮਝਦੇ ਹਾਂ ਵੀ ਉਹ ਸਾਡੇ ਅਧਿਕਾਰ ਖੋ ਕੇ ਇੱਥੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਰਾਹ ਖੋਲ੍ਹਿਆ ਜਾ ਰਿਹਾ, ਨਵਾਂ ਰਾਹ ਕੱਢਿਆ ਜਾ ਰਿਹਾ, ਆਪਦੀ ਲੁੱਟ ਖਸੁੱਟ ਨੂੰ ਜਾਰੀ ਰੱਖਿਆ ਜਾ ਰਿਹਾ, ਅਤੇ ਅੰਦੋਲਨ ਕਰ ਰਹੇ ਲੋਕਾਂ ਨੂੰ ਅੰਦਰ ਬੰਦ ਕਰਕੇ, ਜਿਵੇਂ ਰੂਤੀ ਰਾਏ ਅਤੇ ਸ਼ੌਕਤ ਹੁਸੈਨ ਵਰਗੇ ਲੋਕਾਂ ਦੇ UAP ਵਰਗੇ ਪਰਚੇ ਖੋਲ੍ਹੇ ਜਾ ਰਹੇ ਨੇ, ਅਤੇ ਉਹਨਾਂ ਨੂੰ ਅੰਦਰ ਬੰਦ ਕਰਨ ਦੀ ਪਲੈਨ ਬਣਾਈ ਜਾ ਰਹੀ ਹੈ, ਸਕਰ ਬੁੱਧੀ ਜਿਵੇਂ ਬੰਦ ਕੀਤੇ ਆ, ਉਸ ਤਰ੍ਹਾਂ ਦੀ ਇਹ ਜਿਹੜੀ ਖੇਡ ਹੈ ਹਕੂਮਤਾਂ ਦੀ, ਉਹਨੂੰ ਪਛਾਣਦੇ ਹੋਏ ਅਸੀਂ 15 ਅਗਸਤ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ 'ਤੇ ਉਸ ਪ੍ਰਦਰਸ਼ਨ ਕਰ
15 ਅਗਸਤ ਹੀ ਕਿ ਚੁਣਿਆ ਗਿਆ ਜੀ ਇੱਕ ਪਾਸੇ ਜਿਹੜੇ ਛੁੱਟੀ ਦਾ ਐਲਾਨ ਵੀ ਕਿਉਂਕਿ 15 ਅਗਸਤ ਹੀ ਇੱਕ ਢੁਕਵਾਂ ਦੇਣਾ ਇਹ ਉਦੋਂ ਕਿ 15 ਅਗਸਤ ਤੋਂ ਪਹਿਲਾਂ ਇਹ ਜਦੋਂ ਇਹ ਕਾਨੂੰਨ ਲਿਆਉਂਦੇ ਨੇ ਉਹਦਾ ਕਹਿਣਗੇ ਵੀ ਇੱਥੇ ਲੋਕ ਆਜ਼ਾਦ ਨੇ ਲੋਕਤੰਤਰ ਆ ਇਹ ਬੜੀ ਆਜ਼ਾਦੀ ਆ ਗਈ ਜਦ ਦੇਸ਼ ਦਾ ਆਜ਼ਾਦ ਹੈ ਜੀ ਇਹ ਆਜ਼ਾਦ ਕਾਹਦਾ ਇਹ ਦੇਸ਼ ਇਹਨਾਂ ਦੇ ਕੋਲੇ ਇਸ ਵੇਲੇ ਜੇ ਅਸੀਂ ਤਾਂ ਕਹਿੰਦੇ ਵੀ ਇਹ ਸਾਮਰਾਜੀ ਮੁਲਕਾਂ ਦਾ ਗੁਲਾਮ ਹੈ ਉਹਨਾਂ ਦੇ ਕਹੇ ਤੋਂ ਜਿਹੜੀਆਂ ਨੀਤੀਆਂ ਨਵੀਆਂ ਆਰਥਿਕ ਨੀਤੀਆਂ ਦੇ ਵਿਸ਼ੇ ਪਰ ਸੰਸਦ ਨਾਲ ਸੰਧੀਆਂ ਕੀਤੀਆਂ ਨੇ ਇਹਨਾਂ ਨੇ ਉਹ ਕੀਤੀਆਂ ਨੇ 152 ਲੱਖ ਕਰੋੜ ਦਾ ਕਰਜ਼ਾ ਇਹਨਾਂ ਸਿਰ ਸੀਗਾ ਹੁਣ ਮੇਰੇ ਖਿਆਲ 'ਚ 55-55 'ਤੇ ਵੀ ਜਾ ਵੜਿਆ ਇਹ ਤਾਂ ਪਹਿਲਾਂ ਉਹਨਾਂ ਦੇ ਗੁਲਾਮ ਨੇ ਅਤੇ ਉਹਨਾਂ ਤੋਂ ਕਰਜ਼ੇ ਲੈ ਕੇ ਆਪਣੀ ਕਬੀਲਦਾਰੀ ਰੇਸ਼ ਵੀ ਚਲਾਉਂਦੇ ਨੇ ਇਹ ਅਤੇ ਉਹਨਾਂ ਦੇ ਗੁਲਾਮ ਨੇ ਉਹਨਾਂ ਦੇ ਕਹੇ ਤੋਂ ਜਿਹੜੀਆਂ ਉਹਨਾਂ ਦੇ ਨਵੀਆਂ ਪਾਲਿਸੀਆਂ ਨੇ ਜਦੋਂ ਇੱਥੇ ਲਾਗੂ ਕਰਨਗੇ ਉਹ ਕਿਰਤੀ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਉਹਨਾਂ ਦਾ ਕਿ ਕਿਸਾਨਾਂ ਸਿਰ ਗਲ ਗਲ ਕਰਜ਼ਾ ਚੜ੍ਹ ਗਿਆ ਮਜ਼ਦੂਰਾਂ ਕੋਲ ਕੋਈ ਕੰਮ ਨਹੀਂ ਹੈ ਸੰਤਾਂ ਦੇ ਵਿੱਚੋਂ ਸ਼ਾਂਤੀ ਹੋਈ ਜਾਂਦੀ ਹੈ ਠੇਕਾ ਮੁਲਾਜ਼ਮਾਂ ਨੂੰ ਸੜਕਾਂ 'ਤੇ ਰੋਲਿਆ ਜਾ ਰਿਹਾ ਵਿਦਿਆਰਥੀ ਰੋਲਦੇ ਨੇ ਅਧਿਆਪਕ ਰੋਲਦੇ ਨੇ ਸੰਤੀ ਕਾਮੇ ਰੋਲਦੇ ਨੇ ਸਾਰਿਆਂ ਨੂੰ ਰੋਲਿਆ ਜਾ ਰਿਹਾ ਯਾਨੀ ਕੋਈ ਵਰਗ ਹੈ ਨਹੀਂ ਜਿਹੜਾ ਇਸ ਵਿਸ਼ੇ ਪਰ ਸੰਤਾਂ ਦੀ ਨੀਤੀ ਦੀ ਮਾਰ ਤੋਂ ਹੇਠ ਆਇਆ ਨਹੀਂ ਅਤੇ ਉਹ ਨੀਤੀਆਂ ਇਹ ਜ਼ੋਰ ਨਾਲ ਲਾਗੂ ਕਰਕੇ ਜਸ਼ਨ ਮਨਾ ਕੇ ਲੋਕਾਂ ਦਾ ਭੁਲੇਖਾ ਖੜਾ ਕਰਨੇ ਚਾਹੁੰਦੇ ਨੇ ਵੀ ਦੇਸ਼ ਆਜ਼ਾਦ ਹੈ ਆਜ਼ਾਦ ਯੁੱਧ ਨਹੀਂ ਹੈ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਅਧਿਕਾਰ ਸਾਡੇ ਕੋਲ ਪਹਿਲਾਂ ਸੀ ਉਹ ਬਹੁਤ ਸਾਰੇ ਇਹਨਾਂ ਨੇ ਪਹਿਲਾਂ ਕਾਨੂੰਨ ਬਣਾ ਕੇ ਖੋਲ੍ਹੇ ਅਤੇ ਆਹ ਜਿਹੜੇ ਮਾੜੇ ਮੋਟੇ ਰਹਿੰਦੇ ਨੇ ਇਹ ਇਹਨਾਂ ਨੇ ਕਾਨੂੰਨ ਬਣਾ ਕੇ ਇਹ ਖੋਹ ਕੇ ਇੱਥੇ ਜਬਰ ਦਾ ਕੁਹਾੜਾ ਹੋਰ ਤੇਜ਼ ਕਰਨਾ ਕਿਉਂਕਿ ਸਾਡੇ ਕੋਲ ਜੋ ਕੁਛ ਬਚਿਆ ਇਹ ਲੁੱਟ ਕੇ ਇਹਨਾਂ ਨੇ ਕਾਰਪੋਰੇਟਾਂ ਦੀ ਜੇਬ 'ਚ ਪਾਉਣਾ ਕਿਸ ਲੈਵਲ ਦਾ ਕੱਟ ਹੋਊਗਾ ਕਿਸ ਲੈਵਲ ਦੇ ਸਾਰੇ ਇਕੱਠੇ ਹੋਣਗੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਜਿਹੜੇ ਜ਼ਿਲ੍ਹੇ ਬੰਦੇ ਵਿੱਚ ਸ਼ਾਮਲ ਨੇ ਜਿਵੇਂ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਦੇ ਉੱਥੇ ਕੰਮ ਆ ਉਹ ਸਾਰੇ ਸ਼ਾਮਲ ਹੋਣਗੇ ਲੋਕਾਂ ਕੋਲ ਜਾਵਾਂਗੇ ਅਸੀਂ ਵੀ ਜਾਵਾਂਗੇ ਸਾਰੇ ਜਣ ਸਾਰੀਆਂ ਜਥੇਬੰਦੀਆਂ ਜਾਣਗੀਆਂ ਅਤੇ ਆਮ ਲੋਕਾਂ ਨੂੰ ਵੀ ਇਕੱਠ ਕਰਾਂਗੇ ਅੱਜ ਦੀ ਸਾਂਝੀ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ 15 ਅਗਸਤ ਵਾਲੇ ਦਿਨ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਰਟਰਾਂ ਦੇ ਉੱਤੇ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਵੱਡੇ ਮੁਜ਼ਾਹਰੇ ਕੀਤੇ ਜਾਣਗੇ ਰੈਲੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਰਾਹੀਂ ਇਹ ਦਰਸਾਇਆ ਜਾਣਾ ਹੈ ਕਿ ਦੇਸ਼ ਦੇ ਹਾਕਮ ਆ ਜਿਹੜੇ ਉਹ ਇੱਕ ਪਾਸੇ ਆਜ਼ਾਦੀ ਦੇ ਜਸ਼ਨਾਂ ਦੀ ਗੱਲ ਕਰ ਰਹੇ ਆ ਪਰ ਜਿਹੜੇ ਨਵੇਂ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਕਿ ਬਸਤੀਵਾਦ ਦੀ ਵਿਰਾਸਤ ਨੂੰ ਤਿਆਗਣ ਦੇ ਵਾਸਤੇ ਲਿਆਂਦੇ ਗਏ ਆ ਅਸਲ ਦੇ ਵਿੱਚ ਉਹ ਸਾਮਰਾਜੀ ਮੁਲਕਾਂ ਦੀ ਵਿਰਾਸਤ ਨੂੰ ਹੋਰ ਲੋਕਾਂ ਦੇ ਉੱਤੇ ਗੂੜੀ ਤਰ੍ਹਾਂ ਨਾਲ ਮੜਨ ਦਾ ਸੰਦ ਆ ਅਤੇ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਆ ਉਹਨਾਂ ਨੂੰ ਕੁਚਲਣ ਦਾ ਸੰਦ ਆ ਪਹਿਲਾਂ ਹੀ ਦੇਸ਼ ਦੇ ਹਾਕਮਾਂ ਦੇ ਵੱਲੋਂ ਖਾਸ ਕਰਕੇ ਜਦੋਂ ਤੋਂ ਮੋਦੀ ਸਰਕਾਰ ਸੱਤਾ 'ਚ ਆਈ ਹੈ ਨਾ ਸਿਰਫ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਉੱਤੇ ਹੱਲਾ ਵਿੱਢਿਆ ਜਿਹੜੇ ਵੀ ਰੋਸ਼ਨ ਦਿਮਾਗ ਬੁੱਧੀਜੀਵੀ ਆ ਪੱਤਰਕਾਰ ਆ ਉਹਨਾਂ ਨੂੰ ਵੀ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਅਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਸੰਸਦ ਚੱਲ ਰਹੀ ਸੀ ਪੱਤਰਕਾਰਾਂ ਨੂੰ ਵੀ ਇੱਕ ਪਿੰਜਰੇ ਦੇ ਵਾਂਗੂ ਤਾੜ ਕੇ ਰੱਖ ਦਿੱਤਾ ਗਿਆ ਕਿ ਤੁਸੀਂ ਸਿਰਫ ਇੱਥੋਂ ਹੀ ਕਵਰੇਜ ਕਰ ਸਕਦੇ ਆ ਇਦੋਂ ਗਾਂਹ ਕੋਈ ਕਵਰੇਜ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਸਮੁੱਚੇ ਦੇਸ਼ ਦੇ ਲੋਕਾਂ ਦੀ ਜਵਾਨਬੰਦੀ ਕਰ ਰਹੇ ਆ ਉਹਦੇ ਖਿਲਾਫ਼ ਸਾਡੇ ਪ੍ਰਦਰਸ਼ਨ ਹੋਣਗੇ ਅਸੀਂ ਵੱਖ ਵੱਖ ਥਾਵਾਂ ਦੇ ਉੱਤੋਂ ਜਿਹੜੇ ਹੈਗੇ ਆ ਸਾਡੇ ਕਾਫਲੇ ਪਿੰਡਾਂ 'ਚੋਂ ਆਉਣਗੇ ਕਿਸੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਉਦੋਂ ਬਾਅਦ ਦੇ ਵਿੱਚ ਚਾਹੇ DC ਦਫ਼ਤਰ ਦੇ ਅੱਗੇ ਰੈਲੀ ਕਰਨ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਮੁਜ਼ਾਹਰੇ ਕੀਤੇ ਜਾਣਗੇ ਔਰ ਸਾਡੀਆਂ ਜਿਹੜੀਆਂ ਮੰਗਾਂ ਨੂੰ ਉਭਾਰਦੇ ਹੋਏ ਨਾਅਰੇ ਆ ਕਿ 3 ਫੌਜਦਾਰੀ ਕਾਨੂੰਨਾਂ ਸਮੇਤ UAPA NSA ਅਫਸਵਾ ਵਰਗੇ ਕਾਲੇ ਕਾਨੂੰਨ ਆ ਉਹ ਰੱਦ ਕਰੋ ਬੁੱਧੀਜੀਵੀਆਂ 'ਤੇ ਪਾਏ ਝੂਠੇ ਕੇਸ ਆ ਜਿਹੜੇ ਉਹ ਰੱਦ ਕਰੋ ਉਹਨਾਂ ਨੂੰ ਰਿਹਾਅ ਕਰੋ ਅਰੁੰਧਤੀ ਰਾਏ ਵਰਗੇ ਅਤੇ ਸ਼ੌਕਤ ਹੁਸੈਨ ਵਰਗੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਕੇਸ ਚਲਾਉਣ ਦੀ ਜਿਹੜੀ ਦਿੱਤੀ ਪ੍ਰਵਾਨਗੀ ਆ ਉਹ ਰੱਦ ਕੀਤੀ ਜਾਵੇ ਜੇਲ੍ਹਾਂ 'ਚ ਬੰਦ ਸਾਰੇ ਜਾਤਾਂ ਧਰਮਾਂ ਨਾਲ ਸੰਬੰਧਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਕੈਦੀ ਆ ਉਹਨਾਂ ਨੇ ਮਨੁੱਖੀ ਹੱਕ ਆ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਇੱਥੋਂ ਦੇਸ਼ ਦੇ ਹਾਕਮਾਂ ਜਿਹੜੇ
ਹੈ ਇਹਨਾਂ ਨੇ ਭਾਰਤੀ ਹਾਕਮਾਂ ਨੇ ਸਾਮਰਾਜੀਆਂ ਨਾਲ ਜਿਹੜੀਆਂ ਦੇਸ਼ ਧਰੋਹੀ ਸੰਧੀਆਂ ਕੀਤੀਆਂ ਉਹ ਰੱਦ ਕੀਤੀਆਂ ਜਾਣ, ਨਿੱਜੀਕਰਨ ਵਪਾਰੀਕਰਨ ਵਾਲੀਆਂ ਸਾਰੀਆਂ ਨੀਤੀਆਂ ਰੱਦ ਕੀਤੀਆਂ ਜਾਣ। ਇਹਨਾਂ ਗੱਲਾਂ ਨੂੰ ਪ੍ਰੋਜੈਕਟ ਕਰਦੇ ਸਾਡੇ ਨਾਅਰੇ ਵੀ ਹੋਣਗੇ, ਬੈਨਰ ਵੀ ਹੋਣਗੇ, ਤਖਤੀਆਂ ਵੀ ਹੋਣਗੀਆਂ, ਔਰ ਅਸੀਂ ਦੇਸ਼ ਦੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਕਿ ਦੇਸ਼ ਦੇ ਲੋਕਾਂ ਦੇ ਵਾਸਤੇ ਆਜ਼ਾਦੀ ਦੀ ਜੰਗ ਹਜੇ ਜਾਰੀ ਹੈ। गोपी कृष्ण हॉस्पिटल चिकित्सा के क्षेत्र में मथुरा का अग्रणी हॉस्पिटल एवं पहला टेस्ट ट्यूब बेबी सेंटर है। IVF में 70% सफलता, स्त्री रोग विभाग में हाई रिस्क डिलीवरी, सिजेरियन ऑपरेशन, हिस्टेक्टोमी आदि बेहद अनुभवी एवं क्वालिफाइड लेडी डॉक्टरों द्वारा किए जाते हैं। हड्डी रोग विभाग की एडवांस यूनिट जहां पर जोड़ प्रत्यारोपण यानी कि घुटना रिप्लेसमेंट, कूल्हा रिप्लेसमेंट, रीढ़ की हड्डी के ऑपरेशन एवं फ्रैक्चर होने पर प्लास्टर, सरिया या प्लेटिंग आदि की सर्जरी की जाती है। हर प्रकार की जनरल सर्जरी एवं दूरबीन विधि से हर प्रकार के लेप्रोस्कोपिक ऑपरेशन, बच्चों के हर प्रकार के रोगों का इलाज हॉस्पिटल NABH से मान्यता प्राप्त है। मॉड्यूलर OT एवं हाईटेक मशीनों से फिजियोथेरेपी, एम्स दिल्ली एवं CMC बेल्योर द्वारा सर्टिफाइड पैथोलॉजी। गोपी कृष्ण हॉस्पिटल में आयुष्मान कार्ड, ESI कार्ड, BSNL के कार्ड, रेलवे के कर्मचारियों के कैशलेस इलाज की सुविधा, लगभग सभी इंश्योरेंस कंपनियां एवं TPI कार्ड धारकों को कैशलेस इलाज की सुविधा।